ਇਹ ਪਹਿਲਾ ਲੜ ਫੋਲਡ ਕਰਕੇ ਠੀਕ ਹੈ ਇੱਥੋਂ ਬਿਲਕੁਲ ਪਿੱਛੋਂ ਦੀ ਲੜ ਲੈ ਕੇ ਇੰਨਾ ਕੰਨ ਤੱਕ ਠੀਕ ਹੈ ਇੱਥੇ ਵਾਲਾ ਘੁੱਟ ਪਈ ਹੁਣ ਇਸਨੂੰ ਇੱਥੋਂ ਕੰਨ ਕੋਲੋਂ ਫੋਲਡ ਕਰਕੇ ਪੂਰਾ ਮੱਥੇ ਤੋਂ ਘੁਮਾ ਕੇ ਪਿੱਛੇ ਲੈ ਕੇ ਆਉਣਾ ਦੂਜਾ ਲੜ ਫਿਰ ਇੱਥੋਂ ਫੋਲਡ ਕਰਕੇ ਸੇਮ ਜਗ੍ਹਾ ਤੋਂ ਇੱਥੇ ਲੜ ਵੱਡੇ ਰੱਖਣੇ ਨੇ ਪੋਰਸ਼ਨ ਵੱਡਾ ਬਣਾ ਕੇ ਫੋਰਥ ਲੜ ਲਾਸਟ ਇੱਥੋਂ ਲਗਾ ਕੇ ਪਿੱਛੋਂ ਘੁਮਾ ਕੇ ਹੁਣ ਆਹ ਜਿਹੜਾ ਪੋਰਸ਼ਨ ਹੈ ਇਸ ਨੂੰ ਇਹਦੇ ਵਿੱਚ ਫਸਾਉਣਾ ਆਹ ਲੜ ਨੂੰ ਹੁਣ ਆਹ ਟਿਕ ਗਿਆ ਆਹ ਛੇ ਪੱਧਰੋਂ ਬਣ ਗਈ ਪੱਗ ਦੀ ਜਿਹੜਾ ਫਰਲਾ ਲਾਉਣਾ ਮੈਂ ਫੜ ਕੇ ਇਸ ਨੂੰ ਪਹਿਲਾਂ ਫੋਲਡ ਕਰਨਾ ਇਸ ਨੂੰ ਇੱਕ ਗਿੱਠ ਤੋਂ ਥੋੜ੍ਹਾ ਜਿਹਾ ਜ਼ਿਆਦਾ ਜਿਹੜੀ ਆਹ ਸਪੇਸ ਹੈ ਇਹਦੇ ਵਿੱਚ ਪੂਰੀ ਤਰ੍ਹਾਂ ਫਿੱਟ ਕਰ ਦਿਓ ਹੁਣ ਆ ਬਚਿਆ ਹੋਇਆ ਪੋਰਸ਼ਨ ਇਹਨੂੰ ਇਕੱਠਾ ਕਰਕੇ ਇਸ ਦੀ ਬੈਕ ਸਾਈਡ 'ਤੇ ਤਾਂ ਕਿ ਸਪੋਰਟ ਰਹੇ ਫਰਲੇ ਦੇ ਖੋਲ ਕੇ ਇਸ ਦਾ ਪੂਰਾ ਸੈਂਟਰ ਆਪਣੀ ਉਂਗਲ ਨਾਲ ਪਹਿਲਾਂ ਫੜ ਕੇ ਇਹਨੂੰ ਸਿੱਧਾ ਕਰ ਲਓ ਉਸ ਤੋਂ ਬਾਅਦ ਬਿਲਕੁਲ ਸੈਂਟਰ ਤੋਂ ਲੈਫਟ ਸਾਈਡ ਤੋਂ ਜਾਂ ਰਾਈਟ ਸਾਈਡ ਤੋਂ ਤੁਸੀਂ ਇਸ ਨੂੰ ਹੌਲੀ ਹੌਲੀ ਅੰਦਰ ਸੈੱਟ ਕਰੋ
ਆਹ ਜਿਹੜੀ ਜਗ੍ਹਾ ਵੱਧ ਗਈ ਆਹ ਲੜ ਦੇ ਇੱਥੇ ਵਿੱਚ ਫਸਾ ਕੇ ਫਿਰ ਇਸ ਨੂੰ ਹੌਲੀ ਹੌਲੀ ਉਂਗਲ ਨਾਲ ਸ਼ੇਪ ਅਪ ਕਰੀ ਜਾਓ ਇੱਧਰਲੀ ਸਾਈਡ ਲੜਾਂ ਦੇ ਵਿੱਚ ਜਿਹੜੀ ਜਗ੍ਹਾ ਹੈਗੀ ਆ ਇਹਦਾ ਕਾਰਨਰ ਇੱਥੇ ਦੱਬ ਕੇ ਫਿੱਟ ਕਰ ਲਓ ਬਾਕੀ ਮਿੱਤਰੋ ਤੁਹਾਡੀ ਪ੍ਰੈਕਟਿਸ ਹੈ ਜਿੰਨਾ ਕਰੀ ਜਾਓਗੇ ਉਨੀ ਵਧੀਆ ਬੰਨੀ ਜਾਊਗੀ ਮੈਨੂੰ ਜਿੰਨੀ ਕੁ ਆਉਂਦੀ ਸੀ ਮੈਂ ਤੁਹਾਨੂੰ ਕੋਸ਼ਿਸ਼ ਕੀਤੀ ਆ ਦੱਸਣ ਦੀ ਪੁਖਰਾਜ ਗਿੱਲ ਗੁਰਦੀਪ ਸਿੱਧੂ ਅਤੇ ਮੈਂ ਅਮਰਦੀਪ ਸਿੰਘ ਥੈਂਕ ਯੂ ਦੋਸਤੋ ਹੁਣ ਪੱਟੀ ਬੰਨ੍ਹ ਕੇ ਪੱਗ ਪੂਰੀ ਤਿਆਰ ਹੋ ਜੂਗੀ ਆਪਣੀ ਪੱਟੀ ਬਿਲਕੁਲ ਉੱਪਰੋਂ ਦੀ ਇੱਥੇ ਤੋਂ ਬਿਲਕੁਲ ਲੜ ਦੇ ਉੱਪਰੋਂ ਇਸ ਸਾਈਡ 'ਤੇ ਫਿਰ ਇੱਥੋਂ ਦੱਬ ਲੈ ਫਰੰਟ 'ਤੇ ਆ ਜਾ ਠੀਕ ਹੈ ਜੀ।